ਸਾਬਕਾ ਖਜ਼ਾਨਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦਾ ਪਰਿਵਾਰ ਲਾਸ਼ਾਂ ਦੇ ਢੇਰ ਤੇ ਸਿਆਸਤ ਕਰ ਰਿਹਾ ਹੈ। ਉਹਨਾਂ ਵੱਲੋਂ ਚੋਣਾਂ ਦੇ ਨੇੜੇ ਹਮੇਸ਼ਾ 84 ਦੇ ਦੰਗਿਆਂ ਦੇ ਮੁੱਦੇ ਨੂੰ ਹਵਾ ਦਿੱਤੀ ਜਾਂਦੀ ਹੈ। ਇਸ ਮੌਕੇ ਮਨਪ੍ਰੀਤ ਨੇ ਸੁਖਬੀਰ ਬਾਦਲ ਨੂੰ ਵੀ ਲੰਮੇ ਹੱਥੀ ਲਿਆ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਤੋਂ ਆਪਣਾ ਢਿੱਡ ਤਾਂ ਸੰਭਾਲਿਆ ਨਹੀਂ ਜਾਂਦਾ ਤਾਂ ਉਹ ਪੰਜਾਬ ਨੂੰ ਕੀ ਸੰਭਾਲਣਗੇ। ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਨਸੀਹਤ ਦਿੱਤੀ ਹੈ ਕਿ ਜੇਕਰ ਉਹ ਅਸਲ ਵਿੱਚ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ ਤਾਂ ਉਹ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ ਜਾਣ। ਦੇਖਿਏ, ਜੋ ਮੈਚਿਓਰ ਸੋਸਾਇਟੀਜ਼ ਹੋਤੀ ਹੈ ਵੋ ਆਪਣੀ ਗਲਤੀਓਂ ਸੇ ਸੀਖਤੀ ਹੈ ਔਰ 30 ਸਾਲ ਔਰ ਕਿਆ 33 ਸਾਲ ਹੋ ਗੁਜ਼ਰੇ ਹੈ ਉਸ ਬਾਤ ਕੋ, ਇਨ ਬਾਤੋਂ ਮੇਂ ਫਾਈਨੈਲਿਟੀ ਜੋ ਹੈ ਆਨੀ ਚਾਹੀਏ। ਸਭ ਸੇ ਬੜਾ ਅਗਰ ਪੰਜਾਬ ਕੇ ਸਾਥ ਕੋਈ ਕਿਆ ਬੋਲਤੇ ਹੈ ਮੈਂ ਸਮਝਤਾ ਹੂੰ ਹਾਦਸਾ ਹੁਆ ਹੈ ਯਾ ਤੋ ਵੋ ਹਿੰਦੁਸਤਾਨ ਕੀ ਔਰ ਪਾਕਿਸਤਾਨ ਕੀ ਤਕਸੀਮ ਥੀ 1947 ਮੇਂ, ਬਟ ਮੁਲਕ ਕਾ ਬਟਵਾਰਾ ਹੁਆ, ਆਧਾ ਪੰਜਾਬ ਉਧਰ ਰਹਿ ਗਿਆ ਆਧਾ ਪੰਜਾਬ ਇਧਰ, ਔਰ ਮੁਝੇ ਲਗਤਾ ਹੈ ਆਧੇ ਪੰਜਾਬ ਕੀ ਪਾਪੂਲੇਸ਼ਨ ਨੇ ਵਹਾਂ ਸੇ ਹਿਜਰਤ ਕਰਕੇ ਯਹਾਂ ਪਹੁੰਚੇ ਔਰ 1947 ਸੇ 30 ਸਾਲ ਆਪ 32 ਸਾਲ ਗਿਨ ਲੇ ਤੋ 1980 ਹੈ ਤੋ 30-32 ਸਾਲ ਮੇਂ ਪੰਜਾਬ ਨੇ ਭਾਖੜਾ ਡੈਮ ਬਣਾ ਲਿਆ ਥਾ, ਪੰਜਾਬ ਨੇ ਚੰਡੀਗੜ੍ਹ ਸ਼ਹਿਰ ਬਣਾ ਲਿਆ ਥਾ, ਪੰਜਾਬ ਨੇ PAU ਬਣਾ ਲਿਆ ਥਾ, ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਲੈ ਆਏ ਥੇ। 30-32 ਸਾਲ ਬਹੁਤ ਹੋਤੇ ਹੈ ਔਰ ਹਰ ਬਾਤ ਔਰ 1900 ਬਹੁਤ ਅਨਫੋਰਚੁਨੇਟ, ਇਸਸੇ ਬੜਾ ਸਦਮਾ ਕਿਸੀ ਕੌਮ ਕੇ ਔਰ ਯਾ ਸਟੇਟ ਕੋ ਕਭੀ ਨਹੀਂ ਹੁਆ ਹੋਗਾ, ਬਟ ਸੁਖਬੀਰ ਬਾਦਲ ਤੋ ਲਾਸ਼ੋ ਪੇ ਸਿਆਸਤ ਕਰਨੇ ਵਾਲੇ ਸਿਆਸਤਦਾਨ ਹੈ। ਸੁਖਬੀਰ ਬਾਦਲ ਕਾ ਪੰਜਾਬ ਕੀ ਸਿਆਸਤ ਮੇਂ ਕਿਆ ਕੰਟ੍ਰਿਬਿਊਸ਼ਨ ਹੈ ਯੂ ਨੋ, ਇਹ ਨਹੀਂ ਬਤਾਤੇ ਉਹਨੂੰ। ਇਹ ਜੋ ਰੋਜ਼ ਪੰਜਾਬ ਮੇਂ ਮੌਤੇ ਹੋ ਰਹੀ ਹੈ, ਡਰੱਗਸ ਕੀ ਹੋ ਰਹੀ ਹੈ, ਅਨਇੰਪਲਾਇਮੈਂਟ ਕੇ ਖਾਤਿਰ ਹੋ ਰਹੀ ਹੈ, ਕਿਸਾਨ ਸੁਸਾਈਡ ਕਰ ਰਿਹਾ ਹੈ, ਤੋ ਸੁਖਬੀਰ ਬਾਦਲ ਕਾ ਉਸਮੇਂ ਸੇ ਲੋਗੋਂ ਕੋ ਨਿਕਾਲਨੇ ਕਾ ਕਿਆ ਕੰਟ੍ਰਿਬਿਊਸ਼ਨ, ਕੁਛ ਨਹੀਂ ਹੈ, ਬਸ ਇੱਕ ਬਿਆਨ ਦੇ ਦੇਣਾ 1984 ਮੇਂ ਯੇ ਕਿਆ ਕੀਆ।